ਇੰਡਸਟਰੀ ਅਜਿਹੇ ਐਕਟਰਸ ਨੂੰ ਮਿਲਵਾਉਣ ਜਾਣਾ ਜਿਹਨਾਂ ਦਾ ਪੰਜਾਬ ਸਕਰੀਨ 'ਤੇ ਆਉਂਦੇ ਹੀ ਖਤਰਨਾਕ ਅੰਦਾਜ਼ ਦੇਖਣ ਨੂੰ ਤਾਂ ਮਿਲਦਾ ਹੀ ਹੈ, ਨਾਲ ਦੀ ਨਾਲ ਬੜਾ ਪਿਆਰਾ ਜਿਹਾ ਅੰਦਾਜ਼ ਵੀ ਦੇਖਣ ਨੂੰ ਮਿਲਦਾ। ਸੋ ਮਿਲਵਾਉਣੇ ਪਿਆਰੀ ਜੀ ਅਦਾਕਾਰਾ ਗੁਰਦੀਪ ਭੰਗੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਰਿਸਪੈਕਟ। ਵੈਲਕਮ ਭਾਰਤ ਟੀਵੀ। ਤੇ ਮੈਨੂੰ ਹੁਣ ਤੱਕ ਥੋੜ੍ਹਾ ਜਿਹਾ ਸਫ਼ਰ ਰਿਹਾ ਪੰਜਾਬ ਵਿੱਚ, ਕਿਹੜੀ ਚੀਜ਼ ਸਭ ਤੋਂ ਵੱਧ ਇੰਜੋਏ ਕੀਤੀ ਹੈ ਬਤੌਰ ਅਦਾਕਾਰਾ? ਮੈਨੂੰ ਤਾਂ ਇਹ ਲੱਗਦਾ ਕਿ ਮੈਂ ਆਪਦਾ ਹਰ ਕਰੈਕਟਰ ਹੀ ਬਹੁਤ ਇੰਜੋਏ ਕੀਤਾ, ਕਿਉਂਕਿ ਇੱਕ ਆਰਟਿਸਟ ਦੀ ਇੱਛਾ ਹੁੰਦੀ ਹੈ ਕਿ ਜਿਹੜਾ ਵੀ ਕਰੈਕਟਰ ਮੈਨੂੰ ਮਿਲਿਆ ਮੈਂ ਉਹਦਾ ਤਨੋਂ ਮਨੋਂ ਮੈਂ ਉਹਨੂੰ ਨਿਭਾਵਾਂ। ਮੈਂ ਕੋਸ਼ਿਸ਼ ਕੀਤੀ ਹੈ, ਲੋਕਾਂ ਨੇ ਪਿਆਰ ਦਿੱਤਾ, ਮੈਂ ਲੋਕਾਂ ਦੀ ਸਦਾ ਰਿਣੀ ਰਹੂੰਗੀ। ਇਸ ਫਿਲਮ 'ਚ ਕਿੱਦਾਂ ਕਿਰਦਾਰ ਹੈ, ਕਿੱਦਾਂ ਨਹੀਂ ਦੇਖਣ ਨੂੰ ਮਿਲੇਗਾ ਔਡੀਅੰਸ ਨੂੰ, ਫੈਨਸ ਤੁਹਾਡਾ ਰੂਪ ਕਿੱਦਾਂ ਦੇਖਣ ਨੂੰ ਮਿਲੇਗਾ? ਬਹੁਤ ਹੀ ਪਿਆਰੀ ਫਿਲਮ ਹੈ, ਬਹੁਤ ਹੀ ਅੱਛਾ ਟਾਈਟਲ, ਬਹੁਤ ਹੀ ਅੱਛਾ ਸਬਜੈਕਟ, ਕੋਈ ਨਕਲ ਨਹੀਂ ਹੈ ਟਾਈਟੈਨਿਕ ਦੀ। ਪਰ ਮੈਂ ਇਹ ਜ਼ਰੂਰ ਕਹੂੰਗੀ ਕਿ ਜਿਹੜੀ ਸਕ੍ਰਿਪਟ ਹੈ ਬਹੁਤ ਹੀ ਅੱਛੀ ਹੈ, ਬਹੁਤ ਅੱਛੇ ਡਾਇਲੋਗ ਲਿਖੇ ਨੇ ਅਤੇ ਮੇਰਾ ਆਪਣਾ ਕਰੈਕਟਰ ਬਹੁਤ ਹੀ ਮੈਨੂੰ ਤਾਂ ਪਿਆਰਾ ਲੱਗਿਆ, ਕਿਉਂਕਿ ਬਾਕੀਆਂ ਨਾਲ ਥੋੜ੍ਹਾ ਜਿਹਾ ਹਟਵਾਂ ਕਰੈਕਟਰ ਹੈ ਅਤੇ ਥੋੜ੍ਹੀ ਥੋੜ੍ਹੀ ਝਲਕ ਤਾਂ ਬਾਕੀਆਂ ਦੀ ਪੈਂਦੀ ਹੈ, ਪਰ ਮੈਂ ਬਹੁਤ ਇੰਜੋਏ ਕਰਿਆ ਆਪਦਾ ਕਰੈਕਟਰ। ਮੂਵੀ ਸਭ ਤੋਂ ਬੜੀ ਚੁਣੌਤੀ ਕੀ ਰਹੀ ਹੈ ਹੁਣ ਤੱਕ ਤੁਹਾਡੀ ਪੰਜਾਬੀ ਇੰਡਸਟਰੀ ਵਿੱਚ? ਵੈਸੇ ਚੁਣੌਤੀ ਤਾਂ ਆਰਟਿਸਟ ਲਈ ਹਰ ਫਿਲਮ ਹੀ ਹੋਣੀ ਚਾਹੀਦੀ ਹੈ, ਜਿਹੜਾ ਬੰਦਾ ਉਹਨੂੰ ਚੁਣੌਤੀ ਨਹੀਂ ਲੈਂਦਾ ਉਹ ਕੰਮ ਨਹੀਂ ਕਰ ਸਕਦਾ। ਅਤੇ ਮੈਨੂੰ ਵੀ ਐਂ ਲੱਗਦਾ ਕਿ ਜਿਵੇਂ ਕੋਈ ਵੀ ਫਿਲਮ ਹੋਵੇ, ਜਿਵੇਂ ਖਾਸ ਕਰਕੇ ਨਾ ਹਰਜੀਤਾ ਫਿਲਮ ਵੇਲੇ ਮੈਨੂੰ ਬਹੁਤ ਲੱਗਿਆ, ਕਿਉਂਕਿ ਉਹ ਇੱਕ ਬਾਇਓਪਿਕ ਸੀਗੀ। ਬਾਇਓਪਿਕ ਨੂੰ ਤੁਸੀਂ ਉਸੇ ਤਰ੍ਹਾਂ ਮਤਲਬ ਨਿਭਾਉਣਾ ਹੁੰਦਾ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਜਗਦੀਪ ਸਿੱਧੂ ਦੀ, ਉਸ ਫਿਲਮ ਲਈ ਮੈਨੂੰ ਚੁਣਿਆ, ਉਹ ਮੈਨੂੰ ਇੱਕ ਚੁਣੌਤੀ ਸੀ। ਅਤੇ ਵਿਜੇ ਅਰੋੜਾ ਜੀ ਦੀ, ਜਿਨ੍ਹਾਂ ਨੇ ਮੈਥੋਂ ਉਹ ਕੰਮ ਕਰਵਾ ਲਿਆ, ਲੋਕਾਂ ਨੇ ਬਹੁਤ ਪਿਆਰ ਦਿੱਤਾ ਮੇਰੇ ਕਰੈਕਟਰ ਨੂੰ, ਕਿਉਂਕਿ ਉਹਦੇ ਉਸ ਫਿਲਮ ਦੇ ਵਿੱਚ ਹਰ ਕਰੈਕਟਰ ਹੀ ਬਹੁਤ ਵਧੀਆ ਸੀ, ਐਮੀ ਦਾ, ਛੋਟੇ ਬੱਚੇ ਦਾ ਅਤੇ ਬਾਕੀ ਦਾ ਰਾਜਿੰਦਰ ਦਾ, ਅਤੇ ਬਹੁਤ ਹੀ ਅੱਛੇ ਡਾਇਰੈਕਟਰ, ਬਹੁਤ ਅੱਛੀ ਕਹਾਣੀ। ਉਹ ਫਿਲਮ ਮੈਨੂੰ ਪੂਰੀ ਚੁਣੌਤੀ ਲੱਗਦੀ ਸੀ। ਵੈਸੇ ਮੈਨੂੰ ਹਰ ਫਿਲਮ ਹੀ ਚੁਣੌਤੀ ਲੱਗਦੀ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਸੈੱਟ 'ਤੇ ਜਾਂਦੇ ਹਾਂ ਅਤੇ ਹਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਕਰੈਕਟਰ ਮੈਨੂੰ ਮਿਲਿਆ ਬਾਕੀ ਮੈਂ ਉਹ ਕਰੈਕਟਰ ਉਸ ਸਕ੍ਰਿਪਟ ਦੇ ਮੁਤਾਬਕ, ਉਸ ਡਾਇਰੈਕਟਰ ਦੇ ਮੁਤਾਬਕ ਨਿਭਾ ਸਕਾਂ। ਅਤੇ ਪੰਜਾਬੀ ਇੰਡਸਟਰੀ 'ਚ ਅਲੱਗ ਅਲੱਗ ਵਿਸ਼ਿਆਂ ਦੀਆਂ ਫਿਲਮਾਂ ਬਣਦੀਆਂ ਨੇ, ਅਤੇ ਇਹਦੇ ਬਾਰੇ ਕੀ ਵਿਚਾਰ ਨੇ, ਹੋਰ ਕਿੱਦਾਂ ਦੇ ਟੋਪਿਕ ਸਾਹਮਣੇ ਆਉਣੇ ਚਾਹੀਦੇ ਨੇ? ਮੈਨੂੰ ਇਹ ਲੱਗਦਾ ਹੈ ਬਈ ਅਲੱਗ ਅਲੱਗ ਮੁੱਦਿਆਂ 'ਤੇ ਫਿਲਮ ਬਣਨੀ ਚਾਹੀਦੀ ਹੈ, ਇਹ ਵੀ ਇੱਕ ਵੱਖਰਾ ਮੁੱਦਾ ਜਿਹੜੀ ਇਹ ਫਿਲਮ ਬਣੀ ਹੈ, ਕਿਉਂਕਿ ਇਹਦੇ ਵਿੱਚ ਕਈਆਂ ਨੂੰ ਨਾਂ ਤੋਂ ਲੱਗਦਾ ਹੋਵੇਗਾ ਕਿ ਫਿਲਮ ਜਿਹੜੀ ਉਹ ਟਾਈਟੈਨਿਕ ਫਿਲਮ ਸੀਗੀ, ਇੰਗਲਿਸ਼ ਮੂਵੀ, ਵੀ ਉਹਦਾ ਕੋਈ ਝਲਕ ਪੈਂਦੀ ਹੋਵੇ, ਨਹੀਂ ਇਹ ਵੱਖਰਾ, ਕਿਉਂਕਿ ਵੱਖ ਵੱਖ ਇਸ਼ੂ ਨੂੰ ਲੈ ਕੇ ਕੀਤੀ ਗਈ ਹੈ, ਜਿਵੇਂ ਕਿ ਯੂਥ ਨੂੰ ਲੈ ਕੇ, ਬੇਰੁਜ਼ਗਾਰੀ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ, ਇਹਦੇ ਵਿੱਚ ਕਈ ਟੋਪਿਕ ਆ ਜਾਂਦੇ ਨੇ। ਅਤੇ ਮੈਨੂੰ ਵੀ ਇਹੀ ਲੱਗਦਾ, ਖਾਸ ਕਰਕੇ ਕਰੰਟ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਕਲਚਰ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ, ਸਾਫ਼ ਸੁਥਰੀਆਂ ਫਿਲਮਾਂ ਬਣਨੀਆਂ ਚਾਹੀਦੀਆਂ, ਅਲੱਗ ਅਲੱਗ ਵਿਸ਼ਿਆਂ 'ਤੇ ਫਿਲਮ ਬਣਨੀ ਚਾਹੀਦੀ ਹੈ, ਤਾਂ ਵਧੀਆ ਗੱਲ। ਅਤੇ ਤੁਸੀਂ ਕਿਹੜਾ ਜ਼ਿਆਦਾ ਇੰਜੋਏ ਕਰਦੇ, ਕਾਮੇਡੀ ਜਾਂ ਜ਼ਿਆਦਾ ਗੁੱਸੇ ਵਾਲਾ? ਨਹੀਂ, ਮੈਂ ਆਪਣੇ ਹਰ ਕਰੈਕਟਰ ਨੂੰ ਇੰਜੋਏ ਕਰਦੀ ਹਾਂ, ਜਿਵੇਂ ਕਿ ਕਿਸਮਤ ਦੇ ਵਿੱਚ ਦੇਖੋ ਮੇਰਾ ਬੜਾ ਸ਼ਾਂਤ ਕਰੈਕਟਰ ਸੀ, ਅਤੇ ਮੈਨੂੰ ਉਹ ਵੀ ਬਹੁਤ ਵਧੀਆ ਲੱਗਿਆ, ਲੋਕਾਂ ਨੇ ਪਿਆਰ ਦਿੱਤਾ, ਮੈਨੂੰ ਕਿਹਾ ਵੀ ਬੱਬੂ ਮੈਡਮ ਦਾ ਵਧੀਆ ਕਰੈਕਟਰ ਹੈ। ਅਤੇ ਹੁਣ ਮੈਂ ਫਿਲਮ ਕਰੀ ਹੈ ਮਿੱਟੀ ਵਿਰਾਸਤ ਬੱਬਰਾਂ ਦੀ, ਉਹਦੇ ਵਿੱਚ ਮੇਰਾ ਬਹੁਤ ਇਮੋਸ਼ਨਲ ਸੀਨ ਹੈ। ਅਤੇ ਮੈਨੂੰ ਲੱਗਦਾ ਇੱਕ ਆਰਟਿਸਟ ਦੇ ਹਿੱਸੇ ਵੱਖ ਵੱਖ ਤਰ੍ਹਾਂ ਦਾ ਕਰੈਕਟਰ ਆਉਣਾ ਚਾਹੀਦਾ, ਇਹ ਨਹੀਂ ਹੈਗਾ ਕਿ ਇਹ ਠੱਪਾ ਲੱਗ ਜਾਏ ਕਿ ਮੈਡਮ ਨੈਗੇਟਿਵ ਕਰੈਕਟਰ ਕਰੂਗੀ, ਨਹੀਂ, ਆਰਟਿਸਟ ਉਹਦੀ ਪਛਾਣਿਆ ਜਾਂਦਾ ਹੈ ਜਦੋਂ ਉਹ ਕਮੇਡੀ ਵੀ ਕਰੇ, ਉਹ ਨੈਗੇਟਿਵ। ਡਾਇਲੋਗ ਤਾਂ ਬੋਲੋ, ਐਂਡਿੰਗ ਕਰ ਦਿਓ। ਡਾਇਲੋਗ ਤਾਂ ਮੈਂ ਇਹੀ ਕਹਿੰਦੀ ਹਾਂ ਕਿ ਜਦੋਂ ਵੀ ਕੋਈ ਕੰਮ ਕਰੋ ਬਹੁਤ ਹੀ ਮਨੋ ਤਨੋ ਕਰਨਾ ਚਾਹੀਦਾ, ਨਹੀਂ ਤਾਂ ਦੇਖ ਲਓ ਫਿਰ।